2017 ਵਿਧਾਨਸਭਾ ਚੋਣਾਂ ਨੂੰ ਲੈ ਕੇ ਸਭ ਸਿਆਸੀ ਪਾਰਟੀਆਂ ਲੋਕਾਂ ਵਿੱਚ ਆਪਣਾ ਆਧਾਰ ਸਿੱਧ ਕਰਨ ਲੱਗੀਆਂ ਹੋਈਆਂ ਹਨ। ਇਸਦੇ ਚਲਦੇ ਅੱਜ ਪੱਟੀ ਵਿਧਾਨਸਭਾ ਹਲਕੇ ਵਿੱਚ ਆਪ ਦੇ ਦਿੱਲੀ ਤੋਂ ਆਏ ਅਬਜ਼ਰਵਰਾਂ ਨੇ ਚੋਣ ਸਰਗਰਮੀਆਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ, ਜਿਸ ਵਿੱਚ ਪੱਟੀ ਤੋਂ ਆਪ ਦੇ ਸੀਨੀਅਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਪੱਟੀ ਵਿਧਾਨ ਸਭਾ ਹਲਕੇ ਵਿੱਚ ਦੋ ਧੜਿਆਂ ਵਿੱਚ ਵੰਡੇ ਆਪ ਦੇ ਆਗੂਆਂ ਨੂੰ ਇੱਕ ਧੜੇ ਵਿੱਚ ਜੋੜਦੇ ਹੋਏ ਪਾਰਟੀ ਹਿੱਤਾਂ ਲਈ ਕੰਮ ਕਰਨ ਲਈ ਲਾਮਬੰਦ ਕੀਤਾ। ਜ਼ਿਕਰਯੋਗ ਹੈ ਕਿ ਦਿੱਲੀ ਫਤਿਹ ਕਰਨ ਤੋਂ ਬਾਅਦ ਆਪ ਨੂੰ ਪੰਜਾਬ ਵਿੱਚ ਵੀ ਸਫਲਤਾ ਮਿਲੀ ਸੀ ਅਤੇ ਇੱਥੋਂ ਆਪ ਦੇ 4 ਸੰਸਦ ਮੈਂਬਰ ਚੁਣੇ ਗਏ। ਹੁਣ ਆਪ ਫਿਰ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਸਿਆਸੀ ਆਧਾਰ ਬਣਾ ਕੇ ਇੱਥੇ 2017 ਦੀਆਂ ਚੋਣਾਂ ਲਈ ਤਿਆਰੀ ਕਰ ਰਹੀ ਹੈ। ਇਸ ਮੌਕੇ ਪੱਟੀ ਤੋਂ ਆਪ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਬੋਲਬਾਲਾ ਹੈ। ਕਿਸਾਨ ਤੋਂ ਲੈ ਕੇ ਮਜ਼ਦੂਰ ਤੱਕ ਨੂੰ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਰ ਵਰਗ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਹੋਣ ਦੀ ਉਡੀਕ ਵਿੱਚ ਹੈ, ਪਰ ਕੋਈ ਵੀ ਵਾਅਦਾ ਵਫਾ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਨੌਜਵਾਨ ਵਰਗ ਦੇ ਨਾਲ ਨਾਲ ਹਰ ਵਰਗ ਲਈ ਉਜਵਲ ਭਵਿੱਖ ਦੀਆਂ ਯੋਜਨਾ ਬਣਾ ਕੇ ਉਹਨਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਢਿੱਲੋਂ ਨੇ ਦੱਸਿਆ ਕਿ ਪਾਰਟੀ ਨੇ ਹਰ ਲੋਕ ਸਭਾ ਹਲਕੇ ਲਈ ਇੱਕ ਨੁਮਾਇੰਦਾ ਨਿਯੁਕਤ ਕੀਤਾ ਅਤੇ ਇਸ ਦੇ ਨਾਲ ਨਾਲ ਇੱਕ ਨੁਮਾਇੰਦਾ ਪੰਜਾਬ ਵਿੱਚ ਕੰਮ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਨੇ ਲੋਕ ਸਭਾ ਹਲਕੇ ਅਤੇ ਵਿਧਾਨ ਸਭਾ ਹਲਕਿਆਂ ਸਮੇਤ ਹੇਠਲੇ ਪੱਧਰ ਤੱਕ ਪਾਰਟੀ ਦੀ ਮਜ਼ਬੂਤੀ ਲਈ ਸੰਗਠਨ ਦੀ ਤਿਆਰੀ ਕੀਤੀ ਹੈ, ਜਿਸ ਨਾਲ ਪਾਰਟੀ ਦਾ ਹਰ ਆਗੂ ਹੇਠਲੇ ਪੱਧਰ ਤੱਕ ਲੋਕਾਂ ਨਾਲ ਮੇਲਜੋਲ ਕਰੇਗਾ। ਕਿ ਪਾਰਟੀ ਦਾ ਢਾਂਚਾ ਅੱਗੇ ਕਿਵੇਂ ਚੱਲੇਗਾ, ਕਿਸ ਪੜਾਅ 'ਤੇ ਕਿਸ ਤਰ੍ਹਾਂ ਜ਼ੋਨ ਬਣਨਗੇ, ਕਿਸ ਤਰ੍ਹਾਂ ਥੱਲੇ ਜਿਹੜੇ ਬੂਥ ਨੇ ਬੂਥ ਲੈਵਲ ਤੋਂ ਕਮੇਟੀਆਂ ਬਣ ਕੇ ਜਿਹੜੇ ਕਲੱਸਟਰ ਬਣਨਗੇ, ਔਰ ਜਿਹੜੇ ਤਿੰਨਾਂ ਤਿੰਨਾਂ ਲੋਕ ਸਭਾ ਵਿਧਾਨ ਸਭਾ ਹਲਕਿਆਂ ਦੇ ਜਿਹੜੇ ਗਰੁੱਪ ਬਣਨਗੇ ਉਹ ਕਿਵੇਂ ਚੱਲਣਗੇ, ਨਵੇਂ ਢਾਂਚੇ ਬਾਰੇ ਜਿਹੜੇ ਆਮ ਪਾਰਟੀ ਦੇ ਵਲੰਟੀਅਰ ਆ ਉਹਨਾਂ ਨੂੰ ਸਮਝਾਇਆ ਗਿਆ। ਉਹ ਜਿਹੜੇ ਸਾਡਾ ਮੇਨ ਸਭ ਤੋਂ ਭ੍ਰਿਸ਼ਟਾਚਾਰ ਔਰ ਜਿਹੜਾ ਜੋ ਕੁਛ ਅਕਾਲੀ ਭਾਜਪਾ ਸਰਕਾਰ ਨੇ ਜਿਵੇਂ ਪੰਜਾਬ ਨੂੰ ਤਬਾਹ ਕਰ ਦਿੱਤਾ ਆ ਹਰ ਪੱਖੋਂ ਹੀ, ਉਹ ਅਸੀਂ ਉਹਦੇ ਸਾਰੇ ਦੇ ਖਿਲਾਫ ਔਰ ਇੱਕ ਨਵਾਂ ਸਿਸਟਮ ਪੰਜਾਬ 'ਚ ਤਿਆਰ ਕਰਨ ਲਈ ਅਸੀਂ ਸਾਡਾ ਇਹੋ ਮੁੱਦਾ ਹੋਇਆ। ਸਾਡੀ ਜਿੰਨੇ ਲੁੱਟਣ ਵਾਲੀਆਂ ਪਾਰਟੀਆਂ ਨੇ ਇੱਥੋਂ ਦੀਆਂ ਜਿੰਨੀਆਂ ਪਹਿਲੀਆਂ ਪਾਰਟੀਆਂ ਜਿਨ੍ਹਾਂ ਰਾਜ ਕੀਤਾ ਆ ਜਿਨ੍ਹਾਂ ਹੁਣ ਤੱਕ ਪੰਜਾਬ ਨੂੰ ਲੁੱਟਿਆ, ਸਾਡੀ ਉਹਨਾਂ ਸਾਰਿਆਂ ਦੇ ਖਿਲਾਫ ਜਾਣ। ਇਹ ਸਾਰੇ ਪੰਜਾਬ ਦੇ ਮੁੱਦੇ ਨੇ, ਇਹਨਾਂ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ ਇਲੈਕਸ਼ਨ ਲੜੇਗੀ ਔਰ ਇਲੈਕਸ਼ਨ ਲੜ ਕੇ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਅਤੇ ਕਾਂਗਰਸ ਨੂੰ ਹਰਾਏਗੀ। ਦਿੱਲੀ ਤੋਂ ਜਿਹੜੀ ਟੀਮ ਆਈ ਆ ਉਹਨੇ ਸਾਰੇ ਹੀ ਪੱਟੀ ਇਲਾਕੇ ਦੇ ਸਾਰੇ ਧੜਿਆਂ ਨੂੰ ਇਕੱਠਿਆਂ ਕੀਤਾ ਆ, ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਦੱਸਿਆ ਵੀ ਜਥੇਬੰਦੀ ਨੂੰ ਕਿਵੇਂ ਚਲਾਉਣਾ ਆ। ਸੈਕਟਰ ਵੰਡ ਕੀਤੀ ਆ ਕਿ ਉਹਨਾਂ ਦੇ ਗਰੁੱਪ ਬਣਾਏ ਨੇ ਪਿੰਡਾਂ ਦੇ, 20-20 ਬੂਥ ਜਿਹੜੇ ਨੇ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਪਾਇਆ ਆ ਔਰ ਉਹਨਾਂ ਬੂਥਾਂ ਦਾ ਇੱਕ ਇੱਕ ਲੀਡਰ ਜਿਹੜਾ ਲਾਇਆ ਜਾਏਗਾ, ਕਮੇਟੀਆਂ ਬਣਨਗੀਆਂ ਇਲਾਕੇ ਦੇ ਜਿੰਨੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਇਕੱਠਾ ਕੀਤਾ ਆ। ਇੱਕ ਇੱਕ ਲੀਡਰ ਜਿਹੜਾ ਆ ਸਾਡੇ ਸੈਕਟਰ ਦੇ ਵਿੱਚ ਦਿੱਲੀ ਦਾ ਹੋਏਗਾ, ਇੱਕ ਇੱਕ ਪੰਜਾਬ ਦਾ ਹੋਏਗਾ, ਇਸ ਤਰ੍ਹਾਂ ਹੀ ਪਾਰਲੀਮੈਂਟ ਹਲਕੇ ਵਿੱਚ ਇੱਕ ਲੜਕਾ ਇੱਕ ਆਗੂ ਜਿਹੜਾ ਸਾਡਾ ਖਡੂਰ ਸਾਹਿਬ ਦਾ ਇਕਬਾਲ ਸਿੰਘ ਭਾਗੋਵਾਲੀਆ ਐਡਵੋਕੇਟ ਨੇ, ਦੂਜੇ ਪ੍ਰਭਾਕਰ ਜੀ ਨੇ। ਇਸ ਤਰੀਕੇ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਅਤੇ ਦਿੱਲੀ ਦੀ ਲੀਡਰਸ਼ਿਪ ਦੇ ਸੁਮੇਲ ਦੇ ਨਾਲ ਕੰਮ ਦੀ ਜਿਹੜੀ ਆ ਡਿਵੀਜ਼ਨ ਆਫ ਵਰਕ ਹਲਕੇ ਦੇ ਵਿੱਚ ਵੱਧ ਹੋਏਗਾ, ਪਾਰਟੀ ਵੱਧ ਮਜ਼ਬੂਤ ਹੋਏ, ਸਾਰੇ ਵਰਕਰਾਂ ਨੂੰ ਜਿਹੜਾ ਉਹ ਕੰਮ ਮਿਲੇਗਾ। ਆਜ਼ਾਦ ਟੀਵੀ ਦੇ ਲਈ ਪੱਟੀ ਤੋਂ ਕੈਮਰਾਮੈਨ ਮਨਜਿੰਦਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਗੋਪੀ ਦੀ ਰਿਪੋਰਟ।